ਹਾਂਜੀ, ਪਹਿਲੀ ਗੱਲ ਪੁੱਛਣੀ ਸੀ, ਅਕਾਲ ਤਖ਼ਤ ਨੇ ਕਿਹਾ ਹੈਗਾ ਜੋ ਵੀ ਬੰਦਿਆਂ ਨੂੰ ਜਿਹਨਾਂ ਨੂੰ ਤਨਖਾਹ ਮਿਲੀ ਆ ਉਹ ਮਾਫ਼ੀ ਮੰਗ ਕੇ ਪੰਥ 'ਚ ਵਾਪਸ ਆ ਸਕਦੇ ਹਾਂ, ਤੁਹਾਡਾ ਕੀ ਖਿਆਲ ਆ? ਪਹਿਲਾਂ ਤਾਂ ਬੱਚੇ ਮੇਰਾ ਇੱਕ ਸਵਾਲ ਪਹਿਲੇ ਤੋਂ ਖੜ੍ਹਾ, ਉਹਦਾ ਜਵਾਬ ਮਿਲਣਾ ਚਾਹੀਦਾ ਹੈ। ਉਹ ਇਹ ਉਹਨਾਂ ਕੋਲ ਪੁੱਛੋ ਵੀ ਮੈਂ ਪਹਿਲੇ ਦਿਨ ਤੋਂ ਸਵਾਲ ਕਰਦਾ ਆ ਰਿਹਾ ਕਿ ਜਿਹਨੂੰ ਆਪਾਂ ਆਖਦੇ ਹਾਂ ਮੁਆਫ਼ੀ ਮੰਗੋ, ਉਹਨੂੰ ਨਾਲ ਇਹ ਸਾਬਿਤ ਕਰੋ ਕਿ ਉਹ ਦੋਸ਼ੀ ਕਿਹੜੀ ਚੀਜ਼ ਦਾ, ਮੁਆਫ਼ੀ ਕਿਸ ਗੱਲ ਦੀ ਮੰਗ ਹੈ। ਜਿਹੜਾ ਉਹਨਾਂ ਨੇ ਲਿਖਿਆ ਰਖਾਈਏ ਦੀ ਚਿੱਠੀ ਵਿੱਚ, ਉਹ ਇਹ ਲਿਖਿਆ ਕਿ ਇਹ ਅਕਾਲ ਤਖ਼ਤ 'ਤੇ ਨਹੀਂ ਆਇਆ, ਇਸ ਲਈ ਇਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਉਸ ਗੱਲ ਦਾ ਇੱਕ ਇੱਕ ਸਬੂਤ ਮੇਰੇ ਕੋਲ ਹੈ, ਮੇਰੇ ਕੋਲ ਕਿ ਸਾਰੀ ਦੁਨੀਆ ਕੋਲ ਹੈ। ਉਹ ਸਭ ਕੁਛ ਟੀ ਵੀ ਵਿੱਚ ਆਇਆ, ਰੇਡੀਓ 'ਚ ਆਇਆ, ਫੋਟੋ ਛਪੀਆਂ, ਵੀਡੀਓ ਆਪਣੇ ਟੀ ਵੀ ਸਟੇਸ਼ਨਾਂ ਨੇ ਲਾਈਵ ਬ੍ਰਾਡਕਾਸਟ ਕੀਤਾ। ਇਸ ਲਈ ਜਿਹੜਾ ਦੋਸ਼ ਸਾਬਤ ਨਾ ਕਰ ਸਕਣ ਉਹਦੇ ਲਈ ਮੁਆਫ਼ੀ ਮੰਗਣ ਦਾ ਕਹਿਣਾ ਇੱਕ ਮਜ਼ਾਕ ਹੈ। ਅਤੇ ਉਸ ਝੂਠ ਦੇ ਸਾਹਮਣੇ, ਕਿਉਂਕਿ ਹੁਣੇ ਆਪਾਂ ਇਹ ਗੱਲ ਕਰਦੇ ਆਏ ਹਾਂ ਕਿ ਝੂਠ ਦੇ ਸਾਹਮਣੇ ਸਰੈਂਡਰ ਕਰ ਦੇਣਾ, ਉਹ ਝੂਠ ਨੂੰ ਸਟੇਜ ਗੱਦੀ 'ਤੇ ਸਿੰਘਾਸਨ 'ਤੇ ਬਿਠਾਉਣਾ ਹੁੰਦਾ। ਸਾਡਾ ਸਿੰਘਾਸਨ 'ਤੇ ਬੈਠਣ ਦਾ ਹੱਕਦਾਰ ਕੇਵਲ ਸੱਚ ਹੈ, ਜਾਂ ਇਹ ਸਾਬਤ ਕਰਨ ਕਿ ਉਹ ਮੈਂ ਸੀ ਅਕਾਲ ਤਖ਼ਤ ਸਾਹਿਬ 'ਤੇ ਨਹੀਂ ਗਿਆ, ਅਤੇ ਜੇ ਗਿਆ ਉਹ ਵੀ ਸਾਬਤ ਨਾ ਕਰ ਸਕਣ ਨਹੀਂ ਗਿਆ, ਦੁਨੀਆ ਸਾਰੀ ਸਾਹਿਬ ਕਹੇ ਕਿ ਗਿਆ ਹੈ, ਅਤੇ ਫਿਰ ਉਹਨਾਂ ਨੂੰ ਇਹ ਲਫ਼ਜ਼ ਵਾਪਸ ਲੈਣੇ ਚਾਹੀਦੇ ਨੇ। ਮੇਰਾ ਇਹ ਜਵਾਬ ਹੈ ਉਹਨਾਂ ਨੂੰ। ਅਤੇ ਦੂਸਰੀ ਗੱਲ ਪੁੱਛਣੀ ਸੀ, ਤੁਸੀਂ ਗੁਰਦੁਆਰਾ ਅਤੇ ਇੱਥੇ ਕੈਨੇਡਾ ਵਿੱਚ ਅਤੇ ਇੱਥੇ US ਵਿੱਚ ਤੁਸੀਂ ਗੁਰਦੁਆਰਾ ਤੁਹਾਨੂੰ ਬੁਲਾਉਂਦੇ ਆ, ਅਤੇ ਤੁਸੀਂ ਕਿੰਨੀ ਵਾਰ ਜਾਂਦੇ ਆ ਸਾਲ ਕਿੰਨੀ ਵਾਰੀ ਜਾਂਦੇ ਆ? ਜਦੋਂ ਕੋਈ ਬੱਚੇ ਬੁਲਾਉਂਦਾ ਜ਼ਰੂਰ ਜਾਣਾ। ਅੱਛਾ, ਇਹ ਤਾਂ ਪਹਿਲੇ ਦਿਨ ਤੋਂ, ਇੱਕ ਤਾਂ ਹੁੰਦੇ ਨਾ ਅੱਜ ਦੇ ਹਾਲਾਤਾਂ ਵਿੱਚ ਪਹਿਲੇ ਦਿਨ ਤੋਂ ਹੀ ਇਹ ਫੈਸਲਾ ਕੀਤਾ ਹੋਇਆ ਕਿ ਬਿਨਾਂ ਬੁਲਾਏ ਨਹੀਂ ਜਾਣਾ। ਹਾਂਜੀ, ਜਿੱਥੇ ਕੋਈ ਪਿਆਰ ਸਹਿਤ ਬੁਲਾਉਂਦਾ ਹੈ ਉੱਥੇ ਮੇਰਾ ਫਰਜ਼ ਹੈ ਮੈਂ ਜਾਵਾਂ ਜਾਣਾ। ਬਾਕੀ ਰਹਿ ਕਿ ਸਮਾਜ ਦੇ ਲੋਕ ਵਿਚਾਰੇ ਸਾਰੇ ਇੱਕੋ ਜਿਹੇ ਦਿਲ ਜਿਗਰੇ ਵਾਲੇ ਨਹੀਂ ਹੁੰਦੇ, ਕੁਛ ਲੋਕ ਉਹ ਹੁੰਦੇ ਨੇ ਜਿਹੜੇ ਅੰਦਰੋਂ ਤੜਪ ਰਹੇ ਨੇ ਕਿ ਅਸੀਂ ਵੀ ਬੁਲਾਈਏ, ਅਸੀਂ ਵੀ ਕਰਾਈਏ, ਪਰ ਉਹ ਹਾਲਾਤ ਦੇ ਵੱਸ ਇੰਨਾ ਦਿਲ ਜਿਗਰਾ ਨਹੀਂ ਰੱਖਦੇ ਅਤੇ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਨੇ, ਉਹ ਕਰਾ ਲਵੇ ਫਿਰ ਅਸੀਂ ਕਰਾਵਾਂਗੇ, ਉਹ ਕਰਾ ਲਵੇ ਫਿਰ ਅਸੀਂ ਕਰਾ ਲਵਾਂਗੇ। ਸੋ ਲੇਕਿਨ ਜਿਹੜੇ ਜਿਹੜੇ ਵੀ ਬੁਲਾਉਂਦੇ ਨੇ ਉੱਥੇ ਮੈਂ ਹਾਜ਼ਰ ਹਮੇਸ਼ਾ ਹਾਜ਼ਰ। ਥੋੜ੍ਹਾ ਘੱਟ ਗਿਆ ਹੁਣ? ਕੋਈ ਫਰਕ ਨਹੀਂ ਪਿਆ ਮੇਰੀ ਉਮਰ ਦੇ ਮੁਤਾਬਕ ਵੀ ਅਤੇ ਮੇਰੀ ਸਿਹਤ ਦੇ ਮੁਤਾਬਕ ਵੀ, ਜਿੰਨਾ ਮੈਂ ਕਰ ਸਕਣਾ ਉਦੋਂ ਜ਼ਿਆਦਾ ਕਰਨਾ ਪੈ ਰਿਹਾ। ਉੱਥੇ ਜੇਕਰ ਤੁਸੀਂ ਜਾਓ ਤਾਂ ਉੱਥੋਂ ਦੇ ਜਿਹੜੇ ਗ੍ਰੰਥੀ ਨੇ ਉਹਨਾਂ ਦੇ ਉੱਤੇ ਕੋਈ ਹਰਫ ਆਏਗਾ? ਉੱਥੇ ਜਿਹੜੇ ਉਸਦਾ ਦੇਖੋ ਬੜਾ ਸਿੰਪਲ ਜਵਾਬ ਸਿੰਘ ਸਾਹਿਬ ਜੀ ਤੁਹਾਨੂੰ ਦੇਣ, ਉਸ ਤੋਂ ਉਸਦਾ ਜਵਾਬ ਮੈਂ ਦੇਣਾ ਤੁਹਾਨੂੰ। ਉਸਦਾ ਉੱਥੇ ਦੀ ਪ੍ਰਬੰਧਕ ਕਮੇਟੀ ਜਾਂ ਉੱਥੇ ਦੀ ਸੰਗਤ ਜਿਹੜੀ ਹੈਗੀ ਹੈ ਉਹ ਕੀ ਫੀਲ ਕਰਦੀ ਹੈ? ਜੇ ਤਾਂ ਉੱਥੇ ਦੀ ਸੰਗਤ ਜਿਹੜੀ ਹੈਗੀ ਹੈ ਕੋਈ ਡਿਵਾਈਡਰ ਟਾਈਪ ਹੈਗੀ ਆ, ਫਿਰ ਤਾਂ ਉਹ ਹਰ ਗੱਲ ਦਾ ਕਲੇਸ਼ ਵੀ ਖੜਾ ਕਰ ਸਕਦੇ, ਉਹਦੇ ਵਿੱਚ ਉਹ ਜਿਹਨੂੰ ਮਰਜ਼ੀ ਇਨਵਾਲਵ ਕਰ ਲਿਆ। ਸੋ ਮੇਰਾ ਮਤਲਬ ਤਾਂ ਜੀ ਵੀ ਅਸੀਂ ਕਲੇਸ਼ ਵਿੱਚ ਨਹੀਂ ਪੈਣਾ, ਜਿੱਥੇ ਕੋਈ ਪਿਆਰ ਨਾਲ ਜਿਹਨੂੰ ਕੀਰਤਨ ਦੀ ਸ਼ਰਧਾ ਪਿਆਰ ਸੁਣਨ ਦੀ ਹੈ ਉੱਥੇ ਹਾਜ਼ਰ ਹਾਂ। ਬਿਨਾਂ ਬੁਲਾਏ ਬਿਨਾਂ ਇਨਵਾਈਟ ਕੀਤੇ ਮੈਂ ਪਹਿਲੇ ਵੀ ਨਹੀਂ ਸੀ ਜਾਂਦਾ, ਹੁਣ ਵੀ ਨਹੀਂ ਜਾਂਦਾ, ਬਸ ਮਸਲਾ ਹੈ। ਜੇ ਤੁਸੀਂ ਇੱਥੇ ਜਾਂਦੇ ਹੋ ਇੱਥੇ ਕੈਨੇਡਾ ਅਤੇ ਇੱਥੇ US ਅਤੇ ਗੁਰਦੁਆਰਾ ਅਤੇ ਕੁਛ ਤਕਲੀਫ ਹੁੰਦੀ ਹੈ ਕੋਈ ਬੰਦਿਆਂ ਦੀ? ਨਹੀਂ, ਕੁਛ ਕੋਈ ਨਹੀਂ, ਉਹਨਾਂ ਨੂੰ ਬਾਣੀ ਸੁਣਨ ਦੀ ਤਕਲੀਫ ਹੁੰਦੀ, ਸਾਨੂੰ ਕੋਈ ਤਕਲੀਫ ਬਾਣੀ ਪੜ੍ਹਨ ਨਹੀਂ। ਅੱਛਾ ਜੀ, ਅਜੀਬ ਗੱਲ ਇਹ ਹੈ ਜੇ ਵੀ ਉਹ ਅਜੇ ਤੱਕ ਇਹ ਨਹੀਂ ਸਮਝ ਸਕੇ 400 ਸਾਲ ਵਿੱਚ ਵੀ ਅਕਾਲ ਤਖ਼ਤ ਹੈ ਕੀ, ਉਹ ਸਮਝੀ ਫਿਰਦੇ ਨੇ ਜਾਂ ਤਾਂ ਇਮਾਰਤ ਨੂੰ ਅਕਾਲ ਤਖ਼ਤ ਜਾਂ ਸਮਝੀ ਫਿਰਦੇ ਨੇ ਜਥੇਦਾਰ ਨੂੰ ਅਕਾਲ ਤਖ਼ਤ। ਮੈਂ ਕਈ ਵਾਰ ਚੀਜ਼ ਸਪਸ਼ਟ ਕਰ ਚੁੱਕਾ ਹਾਂ ਕਿ ਅਕਾਲ ਦਾ ਅਰਥ ਹੈ ਕਾਲ ਰਹਿਤ,
ਜਿਹੜਾ ਸਮੇਂ ਦੀ ਸੀਮਾ ਤੋਂ ਬਾਹਰ ਹੈ, ਜਿਹੜਾ ਮਰਦਾ ਨਹੀਂ ਤੇ ਕੱਲ ਨਹੀਂ ਆਉਂਦਾ। ਹੁਣ ਇਮਾਰਤ ਵੀ ਢੱਠੀ ਹੈ, ਤਿੰਨ ਵਾਰ ਢੱਠ ਚੁੱਕੀ ਹੈ, ਜਥੇਦਾਰ ਤਾਂ ਮੇਰੇ ਖਿਆਲ 50 ਵਾਰ ਬਦਲ ਚੁੱਕਾ, ਹਾਂਜੀ ਜਥੇਦਾਰ ਕਈ ਆ ਕੇ ਚਲੇ ਵੀ ਗਏ। ਜਿਹੜਾ ਮਰ ਗਿਆ ਔਰ ਅਕਾਲ ਤਖ਼ਤ ਕਿਵੇਂ ਹੋਇਆ? ਜਿਹੜੀ ਇਮਾਰਤ ਹੈਗੀ ਉਹ ਅਕਾਲ ਤਖ਼ਤ, ਅਕਾਲ ਤਖ਼ਤ ਦਾ ਮਤਲਬ ਤਾਂ ਇਹ ਹੈ ਕਿ ਸੱਚਾ ਆਪ ਤਖ਼ਤ ਸੱਚਾ ਬੈ ਸੱਚਾ ਕਰੇ ਨਿਆਉਣ ਦਾ ਇੱਕ ਕੰਸੈਪਟ, ਇੱਕ ਸਿਧਾਂਤ ਜਿਹੜਾ ਕਦੀ ਨਹੀਂ ਮਰਦਾ, ਉਹ ਭਾਵੇਂ 900 ਸਾਲ ਬਾਅਦ ਵੀ ਆਏਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਅੰਦਰ, ਜਿਹੜਾ ਉਸ ਕੰਸੈਪਟ ਨਾਲ ਉਸਨੂੰ ਬਚੇਗਾ ਉਹ ਇਹੋ ਹੀ ਹੋਵੇਗਾ, ਸੱਚਾ ਆਪ ਤਖ਼ਤ ਸੱਚਾ ਬੈ ਸੱਚਾ ਕਰੇ ਨਿਆ। ਜਿਹੜੀ ਚੀਜ਼ ਨੂੰ ਕੋਈ ਚੇਂਜ ਨਾ ਕਰ ਸਕੇ, ਬਦਲੇ ਨਾ, ਢਾਹ ਨਾ ਸਕੇ, ਹਟਾ ਨਾ ਸਕੇ, ਅਕਾਲ ਤਖ਼ਤ ਤੋਂ। ਪਰ ਅਸੀਂ ਇੱਕ ਵਿਅਕਤੀਗਤ ਗੁਲਾਮੀ ਵਿੱਚ ਜੀਵਨ ਗੁਜ਼ਾਰਨ ਵਾਲਾ ਤਨਖਾਹਦਾਰ ਮੁਲਾਜ਼ਮ ਜਿਹੜਾ ਹੈ ਉਹਨੂੰ ਵੀ ਅਕਾਲ ਤਖ਼ਤ, ਅਜੇ ਕਹੀਏ ਨਾ ਵੀ ਅਕਾਲ ਤਖ਼ਤ ਦਾ ਸੇਵਾਦਾਰ ਗੱਲ ਮੰਨਣ ਵਾਲੀ, ਅਸੀਂ ਉਹਨੂੰ ਅਕਾਲ ਤਖ਼ਤ ਮੰਨ ਪੈਂਦੇ, ਆਹ ਦੁਖਾਂਤ ਹੋ ਰਿਹਾ। ਔਰ ਆਮ ਸਧਾਰਨ ਸਿੱਖ ਦੀ ਵਿਚਾਰਧਾਰਾ ਵਿੱਚੋਂ ਜਿੰਨੀ ਦੇਰ ਇਹ ਕੱਢ ਕੇ ਜਾਗਰਤੀ ਨਹੀਂ ਲਿਆ ਜਾਂਦੀ, ਉਨੀ ਦੇਰ ਬੁੱਤ ਪੂਜਾ ਵਾਂਗੂ ਮਨੁੱਖ ਅਕਾਲ ਤਖ਼ਤ ਨੂੰ ਮੰਨਦਾ ਰਹੇ। ਇਹ ਕਿ ਉਹ ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ ਦੀ ਵੀ ਨਹੀਂ ਹੈਗੀ, ਜਿਹੜਾ ਉਹਨੂੰ ਪੜ੍ਹਨਾ ਚਾਹੁੰਦਾ ਪਿਆ ਪੜ੍ਹੇ, ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਦੀ ਆਪਣੀ ਵਿਅਕਤੀਤਾ ਇਸ ਕਿਸਮ ਦਾ ਕਿ ਉਹ ਉਹਦੇ 'ਚ ਕੋਈ ਰਸ ਸਮਝਦਾ ਤੇ ਲੈ ਲਵੇ, ਪਰ ਸਾਨੂੰ ਉਹ ਗੁਰੂ ਸਾਹਿਬ ਦੇ ਨਾਲ ਜੋੜਨ ਨਾਲ, ਨਾਮ ਨਾਲ ਜੋੜਨ ਨਾਲ ਦੁਖਾਂਤ ਇਹ ਵਾਪਰਦਾ ਹੈ ਕਿ ਨੌਜਵਾਨ ਬੱਚੇ ਜਾਂ ਭੋਲਾ ਭਾਲਾ ਸਿੱਖ ਜਿਵੇਂ ਅੱਜ ਇਮਾਰਤ ਨੂੰ ਅਕਾਲ ਤਖ਼ਤ ਵਿੱਚ ਸਮਝੀ ਬੈਠਾ, ਫਿਰ ਉਸ ਗ੍ਰੰਥ ਨੂੰ ਵੀ ਗੁਰੂ ਗ੍ਰੰਥ ਸਮਝਣ ਲੱਗ ਪਿਆ। ਮੈਂ ਕਹਿੰਦਾ ਜੀ ਇੱਕ ਇੱਥੇ ਹੁੰਦੇ ਸਨ ਸਰਦਾਰ ਗੁਰਬਖਸ਼ ਸਿੰਘ ਹੁੰਦੇ ਸੀ, ਗੁਜ਼ਰ ਗਏ ਨੇ ਕਾਫੀ ਦੇਰ ਪਹਿਲਾਂ ਦੇ, ਵਾਲੀਆ ਕਰਕੇ ਉਹਦਾ ਬੇਟਾ ਹੈ ਜਤਿੰਦਰ ਸਿੰਘ ਵਾਲੀਆ, ਉਹ ਮੇਰੇ ਨਾਲ ਕਾਫੀ ਸਨੇਹ ਰੱਖਦੇ ਸਨ ਬਜ਼ੁਰਗ, ਅਤੇ ਬਜ਼ੁਰਗ ਬਿਮਾਰ ਹੋ ਗਏ ਅਤੇ ਮੈਨੂੰ ਉਹਨਾਂ ਨੇ ਸੁਨੇਹਾ ਦੇ ਕੇ ਬੁਲਾਇਆ, ਉਹ ਆਇਆ ਉਹਦਾ ਬੇਟਾ ਲੈ ਗਿਆ ਮੈਨੂੰ, ਮੈਂ ਉਹਦੇ ਕਰ ਗਿਆ, ਅਤੇ ਮੈਨੂੰ ਉਹਨਾਂ ਨੇ ਸਪੈਸ਼ਲੀ ਪੁੱਛਿਆ ਜੀ ਇਹ ਜਿਹੜੀਆਂ ਹਕਾਇਤਾਂ ਲਿਖੀਆਂ ਹੋਈਆਂ ਨੇ, ਕਹਿੰਦਾ ਗਿਆਨ ਜੀ ਮੇਰੇ ਕੋਲ ਇਹਦੇ 'ਚ ਅਰਥ ਪਏ ਨੇ, ਅਤੇ ਕਹਿੰਦਾ ਪੜ੍ਹ ਕੇ ਕਹਿੰਦਾ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਇਹ ਕਿਸੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਬੜਾ ਭਾਰੀ ਧਰੋਹ ਕੀਤਾ। ਕਾਫੀ ਲੇਡੀਜ਼ ਨਾਲ ਗੱਲ ਕੀਤੀ ਹੈ ਮੈਂ, ਉਹਨਾਂ ਨੂੰ ਇਹ ਵੀ ਨਹੀਂ ਪਤਾ ਦੇ ਉਹ ਦੇ ਉਹਨਾਂ ਨੇ ਕਦੀ ਦਸਮ ਗ੍ਰੰਥ ਦੇਖਿਆ ਹੀ ਨਹੀਂ, ਅਤੇ ਉਹ ਜਿਹੜੇ ਕਰਦੇ ਨੇ ਉਹ ਸੁਣਦੇ ਪਏ ਹਨ, ਅਤੇ ਉਹ ਮੈਨੂੰ ਪੁੱਛਦੀਆਂ ਨੇ ਕਿ ਕੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਗੱਲ ਕੀਤੀ, ਮੈਂ ਕੋਈ ਨਹੀਂ ਕੀਤੀ, ਮੈਨੂੰ ਤਾਂ ਕੋਈ ਸੁਣਾਈ ਨਹੀਂ ਦਿੱਤੀ, ਅਤੇ ਮੈਂ ਕਿਹਾ ਤੁਸੀਂ ਉਹ ਪੜ੍ਹਨਾ ਨਾ, ਮੇਰੇ ਕੋਲ ਹੈ ਕਾਪੀ ਹੈ ਮੇਰੇ ਕੋਲ, ਤੁਸੀਂ ਪੜ੍ਹ ਲਓ ਕੁਛ ਕੀ ਲਿਖਿਆ ਹੈ, ਅਗਰ ਸਮਝ ਲੱਗੇ ਗੁਰੂ ਗ੍ਰੰਥ ਸਾਹਿਬ ਹੀ ਗੱਲ ਨਾ ਪੈਂਦੀ ਵੀ ਲੋਕ ਭੋਲੇ ਭਾਲੇ ਬਹੁਤੇ ਦੂਰੋਂ ਸੁਣੀ ਸੁਣਾਈ ਗੱਲ 'ਤੇ ਪਹਿਰਾ ਦੇਣ ਵਾਲੇ ਅਤੇ ਤੁਰੇ ਜਾਣ ਵਾਲੇ ਅੱਖਾਂ ਬੰਦ ਕਰਕੇ ਲੋਕ ਗਿਣਤੀ 'ਚ ਜਾ ਰਹੇ, ਪਰ ਅਸੀਂ ਉਹ ਉਹਨਾਂ ਜਿਹੜੇ ਪੇਜਿਸ ਨੇ ਉਸਨੂੰ ਪਬਲਿਸ਼ ਨਹੀਂ ਕਰ ਸਕਦੇ, ਕੀਤੇ ਨੇ ਔਰ ਇਸੇ ਗੱਲ ਤੋਂ ਦੇਖੋ ਮੈਂ ਗੱਲ ਕਰਦਾ, ਲਿਖਣ ਵਾਲੇ ਤੋਂ ਬੜੀਆਂ ਕਿਤਾਬਾਂ ਲਿਖੀ ਜਾਂਦੇ ਨੇ, ਇੰਨਾ ਲਿਟਰੇਚਰ ਐਸੇ ਵੇ ਉਸ ਵਿਚਿੱਤਰ ਨਾਟਕ ਦੇ ਅਗੇਂਸਟ ਲਿਖਿਆ ਜਾ ਚੁੱਕਾ, ਤੁਸੀਂ ਹੈਰਾਨ ਹੋ ਗਏ, ਹਰ ਆਦਮੀ ਖੁੱਲ੍ਹ ਕੇ ਲਿਖ ਰਹੇ, ਪਰ ਮੇਰੇ ਹੀ ਪੇਸ਼ ਕਿਉਂ ਪੈਣ ਦਾ ਕਾਰਨ ਇਹ ਕਿਉਂਕਿ ਮੈਂ ਉਹ ਘਰ ਘਰ ਪਹੁੰਚਾ ਰਿਹਾ ਸੀ, ਲਿਖਣ ਵਾਲਾ ਤਾਂ ਲਿਖ ਕੇ ਉੱਥੇ ਤੱਕ ਬੈਠਾ ਜਿਹਨੇ ਲੈ ਗਿਆ ਕੋਈ ਆਪ ਖੁਸ਼ੀ ਨਾਲ ਲੈ ਗਿਆ, ਪਰ ਮੈਂ ਹੁਣ ਰੋਜ਼ ਬਦਲਣਾ ਹੋਇਆ ਸ਼ਹਿਰ, ਰੋਜ਼ ਬਦਲਣੀ ਹੋਈ ਸਟੇਜ, ਉਹਨਾਂ ਨੂੰ ਇਹ ਹੈ ਵੀ ਇਹ ਗੱਲ ਘਰ ਘਰ ਪਹੁੰਚਾਉਂਦਾ, ਇਹਦੀ ਜ਼ੁਬਾਨ ਬੰਦ ਕਰੋ। ਦੁਖਾਂਤ ਬੀਜੀ ਇਹੋ ਹੀ ਹੈ, ਇਹ ਚਾਹੁੰਦੇ ਸਨ, ਇਹਨਾਂ ਸਾਡੇ ਨਾਲ ਧੋਖਾ ਬ੍ਰਾਹਮਣਿਜ਼ਮ ਵੱਲੋਂ ਕੀ ਹੋਇਆ ਸੀ ਵੀ ਲੋਕ ਪੜ੍ਹਨ ਨਾ, ਜੇ ਪੜ੍ਹਨ ਗਏ ਤਾਂ ਉਹ ਦੂਰ ਹੋ ਜਾਣਗੇ, ਉਹ ਚਾਹੁੰਦੇ ਸਨ ਕਿ ਪੜ੍ਹਨ ਨਾਲ ਲੋਕ ਇਹਨੂੰ ਮੱਥਾ ਟੇਕਣ ਅਤੇ ਗੁਰੂ ਮੰਨਣ ਲੱਗ ਪਏ। ਜਿਸ ਦਿਨ ਹੌਲੀ 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 ਪ੍ਰਭਾਵ ਇਹ ਕਬੂਲਿਆ ਗਿਆ ਕਿ ਇਹ ਸਾਡਾ ਗੁਰੂ ਹੈ, ਫਿਰ ਲੋਕ ਉਸ ਨੂੰ ਵਿਚਾਰਨ ਦੀ ਯਾਨੀ ਕਿ ਵਿਚਾਰਨ ਦਾ ਹੀਆ ਹੀ ਨਹੀਂ ਕਰਦੇ, ਕਹਿਣਗੇ ਵੀ ਜੋ ਗੁਰੂ ਦਾ ਹੁਕਮ ਹੈ ਜੈਸਾ ਵੀ ਹੈ ਠੀਕ ਹੈ। ਉਸ ਅੰਧ ਵਿਸ਼ਵਾਸਤਾ ਦਾ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਸਨ, ਹੁਣ ਲੋਕ ਵਕਤ ਸਿਰ ਜਾਗ ਪਏ ਨੇ, ਹੁਣ ਦੁਖੀ ਨੇ। ਗੁਰਬਾਣੀ ਅੰਦਰ ਵੀ ਹੈ ਉਸ ਗੱਲ ਦਾ ਵਿਸ਼ਵਾਸ ਦੁਆਇਆ ਹੋਇਆ। ਹੁਣ ਦੇਖੋ ਇੱਕ ਪਾਸੇ ਕਹਿੰਦੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚੰਨ ਕਬਲਾ ਰਹੇ, ਦੂਜੇ ਪਾਸੇ ਇੱਕ ਖਿਆਲ ਆ ਗਿਆ
ਤੇ ਸੰਪਤ ਰਥ ਧਨ ਰਾਜ ਸਿਉਂ ਅਤ ਨੇ ਹੁਣ ਲਗਾਇਆ। ਇੱਕ ਪਾਸੇ ਆ ਗਿਆ ਕਿ ਰਾਜ ਨੂੰ ਇੰਨੀ ਇੰਨੀ ਇੰਪੋਰਟੈਂਸ ਦਿੱਤੀ ਗਈ ਕਿ ਸੰਪਤ ਰਥ ਧਨ ਰਾਜ ਸਿਉਂ ਅਤ ਨੇ ਹੁਣ ਲਗਾਇਓ। ਉਹ ਲੋਕ ਵੀ ਨੇ ਜਿਹੜੇ ਧਨ ਰਾਜ ਸੰਪਤਾ ਨੂੰ ਅਤ ਨਿਉ ਨਾਲ ਦੇਖਦੇ ਨੇ, ਬਹੁਤ ਇੰਪੋਰਟੈਂਸ ਦਿੰਦੇ ਨੇ ਆਪਣੀ ਲਾਈਫ ਵਿੱਚ। ਅਤੇ ਇੱਕ ਪਾਸੇ ਉਹ ਜੀਵਨ ਵੀ ਨੇ ਜਿਨ੍ਹਾਂ ਦੇ ਸੰਬੰਧ ਵਿੱਚ ਗੁਰੂ ਕਹਿੰਦੇ ਨੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਹੈ, ਦੋਨੋਂ ਪੱਖ ਦੇ ਦਿੱਤੇ। ਅੱਜ ਦੇ ਯੁੱਗ ਅੰਦਰ ਇਸ ਨੂੰ ਆਪਾਂ ਜ਼ਰਾ ਥੋੜ੍ਹਾ ਜਿਹਾ ਐਨਾਲਿਸਿਸ ਕਰੀਏ। ਹੁਣ ਜਿਹੜਾ ਯੁੱਗ ਚੱਲ ਰਿਹਾ ਦੁਖਾਂਤ ਕੀ ਹੈ ਕਿ ਸੰਪਤ ਰਥ ਧਨ ਰਾਜ ਸਿਉਂ ਅਤ ਨੇਹੋ ਲਗਾਇਓ ਦਾ ਸਮਾਂ ਚੱਲ ਰਿਹਾ। ਸਿਆਸਤ ਇੰਨੀ ਹਾਵੀ ਹੋ ਚੁੱਕੀ ਹੈ, ਸਿਆਸੀ ਭੁੱਖ ਇੰਨੀ, ਰਾਜ ਦੀ ਭੁੱਖ ਇੰਨੀ ਵੱਧ ਚੁੱਕੀ ਹੈ ਕਿ ਉਹਦੀ ਇੰਪੋਰਟੈਂਸ ਬੜੀ ਹੈ ਜ਼ਿਆਦਾ। ਔਰ ਕਿਸੇ ਵੀ ਚੀਜ਼ ਦੀ ਜਦੋਂ ਇੰਪੋਰਟੈਂਸ ਮਨੁੱਖ ਬਣਾਉਂਦਾ ਤਾਂ ਉਦੋਂ ਇਹ ਫੈਸਲਾ ਕਰਦਾ ਵੀ ਆਹ ਚੀਜ਼ ਜ਼ਿਆਦਾ ਕੀਮਤੀ ਹੈ, ਇਸ ਚੀਜ਼ ਨੂੰ ਇਹਦਾ ਤਿਵਾਰ ਦਿੱਤਾ ਜਾਵੇ, ਕੁਰਬਾਨ ਕਰ ਸਕਦਾ, ਕਿਉਂਕਿ ਆਹ ਜ਼ਿਆਦਾ ਕੀਮਤੀ। ਅੱਗੇ ਲੋਕ ਧਰਮ ਨੂੰ ਕੀਮਤੀ ਸਮਝਦੇ ਸਨ ਅਤੇ ਰਾਜ ਭਾਗ ਛੱਡ ਕੇ ਜੰਗਲਾਂ ਨੂੰ ਵੀ ਚਲੇ ਜਾਂਦੇ ਸਨ, ਪਰ ਧਰਮ ਨਹੀਂ ਸਨ ਤਿਆਗਦੇ। ਪਾਕਿਸਤਾਨ ਤੋਂ ਸਭ ਕੁਝ ਖਵਾ ਕੇ ਇੱਧਰ ਆ ਗਏ, ਧਰਮ ਨਾ ਤਿਆਗੇ। ਹੁਣ ਉਲਟ ਹੋ ਗਿਆ, ਹੁਣ ਕਿਉਂਕਿ ਸਾਡੇ ਮਨਾਂ ਅੰਦਰ ਆ 40 ਸਾਲ ਤੋਂ ਰਾਜਨੀਤੀ ਦੀ ਭੁੱਖ ਇੰਨੀ ਵੱਧ ਗਈ ਹੈ ਕਿ ਇਹਦੀ ਇੰਪੋਰਟੈਂਸ ਧਰਮ ਦੇ ਮੁਕਾਬਲੇ ਜ਼ਿਆਦਾ ਹੋ ਗਈ। ਹੁਣ ਦਾ ਰਾਜਨੀਤਿਕ ਜਿਹੜਾ ਹੈ ਉਹ ਧਰਮ ਨੂੰ ਰਾਜਨੀਤੀ ਤੋਂ ਕੁਰਬਾਨ ਕਰ ਰਿਹਾ ਕਿਉਂਕਿ ਇੰਪੋਰਟੈਂਸ ਉਹਦੀ ਵੱਧ ਗਈ। ਹੁਣ ਕੀ ਹੈ ਕਿ ਰਾਜਨੀਤਿਕ ਲੋਕ ਜਿਹੜੇ ਨੇ ਉਹਨਾਂ ਨੂੰ ਮਦਦ ਚਾਹੀਦੀ ਹੈ ਰਾਜਨੀਤੀ ਵਾਸਤੇ, ਉਹਨਾਂ ਨੂੰ ਮਿਲੀ ਹੋਈ ਹੈ ਬੀਜੇਪੀ ਤੋਂ, ਬੀਜੇਪੀ ਨੂੰ RSS ਤੋਂ ਇੱਕ ਸਾਧਨ ਬਣ ਗਿਆ। ਹੁਣ ਉਹ ਜਿਹੜੇ ਨੇ ਉਹ ਸਾਡਾ ਧਰਮ ਨਹੀਂ ਦੇਖਣਾ ਚਾਹੁੰਦੇ, ਸਾਡਾ ਸਰੂਪ ਨਹੀਂ ਦੇਖਣਾ ਚਾਹੁੰਦੇ, ਸਾਡੇ ਸਿਧਾਂਤ ਨਹੀਂ ਦੇਖਣਾ ਚਾਹੁੰਦੇ, ਅਤੇ ਸਾਡੇ ਜਿਹੜੇ ਰਾਜਨੀਤਿਕ ਭੁੱਖ ਵਾਲੇ ਨੇ ਉਹਨਾਂ ਦੇ ਮਨ ਅੰਦਰ ਇੰਪੋਰਟੈਂਸ ਹੈ ਰਾਜਨੀਤੀ ਦੀ, ਇਸ ਲਈ ਉਹ ਧਰਮ ਨੂੰ ਕੁਰਬਾਨ ਕਰ ਰਹੇ ਨੇ। ਚਲੋ ਕੋਈ ਹਰਜ ਨਹੀਂ, ਇਹ ਇਹਨਾਂ ਦੀ ਭੇਟਾ ਕਰੋ, ਨਹੀਂ ਵੇਖਣਾ ਚਾਹੁੰਦੇ ਆਪਾਂ ਇਹਨੂੰ ਮਿਟਾ ਦਿੰਦੇ ਹਾਂ, ਪਰ ਤੁਸੀਂ ਰਾਜਨੀਤਿਕ ਸਾਥ ਮੈਂ ਦਿੰਦੇ ਹੋ। ਤਾਂ ਇਉਂ ਸਾਡਾ ਇਹ ਦੁਖਾਂਤ ਵਾਪਰ ਰਿਹਾ, ਹੁਣ ਧਰਮ ਦੀ ਇੰਪੋਰਟੈਂਸ ਖਤਮ ਹੋ ਰਹੀ, ਰਾਜਨੀਤੀ ਦੀ ਵੱਧ ਰਹੀ।